ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਸੋ ਤੁਸੀਂ ਦੇਖਿਆ ਸੀ ਫਤਿਹਪੁਰ, ਮੈਂ ਉਸ ਦਿਨ ਤੁਹਾਨੂੰ ਕੋਠੀ ਦੀ ਅਪਡੇਟ ਦਿੱਤੀ ਸੀ, ਅਤੇ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਕਿ ਕੋਠੀ ਦੀਆਂ ਜੋ ਕੰਧਾਂ ਨੇ ਕੰਪਲੀਟ ਹੋ ਚੁੱਕੀਆਂ, ਅਤੇ ਕੋਠੀ 'ਤੇ ਬਸ ਹੁਣ ਲੈਂਟਰ ਪਾਉਣ ਦੀ ਤਿਆਰੀ ਹੈ। ਤੁਸੀਂ ਦੇਖ ਸਕਦੇ ਹੋ ਜੀ, ਮੈਂ ਸਾਰੀ ਤੁਹਾਨੂੰ ਕੋਠੀ ਦਾ ਡਿਜ਼ਾਇਨ ਵਗੈਰਾ ਦਿਖਾਵਾਂਗਾ ਜੋ ਬਾਹਰ ਇੱਦਾਂ ਦੇ ਵਿੱਚ ਹੋਈ। ਇਹ ਬਾਹਰਲੀ ਸਾਈਡ ਹੈ, ਜੋ ਆਪਣੇ ਜਿੱਧਰਲੀ ਸਾਈਡ ਦੇ ਉੱਤੇ ਗਲੀ ਪੈਂਦੀ ਆ ਸੜਕ ਘਰ ਨੂੰ ਆਉਣ ਵਾਲੀ, ਉੱਧਰਲੀ ਸਾਈਡ 'ਤੇ ਜੋ ਡਿਜ਼ਾਇਨਿੰਗ ਪਈ ਇੱਟਾਂ ਦੇ ਵਿੱਚ, ਉਹ ਦਿਖਾ ਰਿਹਾ ਤੁਹਾਨੂੰ ਸਾਰਿਆਂ ਨੂੰ। ਸੋ ਆਹ ਮੇਰੇ ਵੀਰ ਤੁਸੀਂ ਦੇਖ ਸਕਦੇ ਹਾਂ। ਸੋ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ, ਅਤੇ ਜਿੰਨਾ ਹੋ ਸਕੇ ਸ਼ੇਅਰ ਕਰਨਾ। ਇੱਦਾਂ ਹੀ ਮੈਂ ਤੁਹਾਨੂੰ ਕੋਠੀਆਂ ਦੀ ਅਪਡੇਟ ਅੱਗੇ ਦੀ ਅੱਗੇ ਦਿੰਦਾ ਰਹਾਂਗਾ। ਸੋ ਇੱਥੇ ਆਪਣੇ ਗੇਟ ਲੱਗਣਾ ਤੁਸੀਂ ਦੇਖ ਸਕਦੇ, ਇਹ ਹਜੇ ਗੇਟ ਵਾਲੇ ਕੋਲ ਹੋਣ ਵਾਲੇ ਆ, ਇਹ ਦੁਬਾਰਾ ਹੋਣ ਵਾਲੀਆਂ। ਬਾਕੀ ਸਾਰੀਆਂ ਕੰਧਾਂ ਉਹਨਾਂ ਵੈਸੇ ਕੰਪਲੀਟ ਹੋ ਚੁੱਕੀਆਂ, ਤੁਸੀਂ ਆ ਦੇਖ ਸਕਦੇ ਹੋ, ਤੁਹਾਨੂੰ ਦੂਰੋਂ ਹੋ ਕੇ ਦਿਖਾ ਰਿਹਾ ਮੈਂ। ਹਾਂਜੀ, ਇਹ ਆਪਣੀ ਐਂਟਰੀ ਹੋ ਗਈ ਇੱਧਰ ਦੀ ਮੇਨ, ਅਤੇ ਆਹ ਗਟਰ ਵੀ ਕੰਪਲੀਟ ਹੋਇਆ ਪਿਆ ਵਾ ਸਾਰਾ। ਆਹ ਲੋਬੀ ਦੇ ਵਿੱਚ ਐਂਟਰੀ ਹੋ ਗਈ ਆ, ਆਹ ਲੋਬੀ ਆ। ਹਾਂਜੀ, ਇੱਧਰ ਦੀ ਆਪਣੀ ਪੌੜੀ ਉੱਪਰ ਜਾਣੀ ਜੋ ਫਸਟ ਫਲੋਰ ਜਾਊਗੀ, ਅਤੇ ਆਹ ਲੋਬੀ ਹੋ ਗਈ ਆਪਣੀ। ਲੋਬੀ ਤੋਂ ਨਾਲ ਹੀ ਐਂਟਰੀ ਕਿਚਨ ਦੇ ਵਿੱਚ, ਤੁਹਾਨੂੰ ਕਿਚਨ ਦਿਖਾਇਆ ਜਾਊਗਾ। ਆਹ ਕਿਚਨ ਹੋ ਗਿਆ, ਇੱਦਾਂ ਹੀ ਆਪਣੇ ਲੋਬੀ ਦੇ ਵਿੱਚ ਸਟੋਰ ਘੱਟ ਕੀਤਾ ਗਿਆ, ਤੁਸੀਂ ਦੇਖ ਸਕਦੇ ਹਾਂ ਸਟੋਰ ਹੋ ਗਿਆ। ਸਟੋਰ ਵੀ ਕਾਫੀ ਯਾਨੀ ਖੁੱਲ੍ਹਾ, ਪੇਟੀਆਂ ਪੂਟੀਆਂ ਵਿੱਚ ਆ ਜਾਣਗੀਆਂ ਵਧੀਆ, ਜੋ ਵੀ ਰੱਖਿਆ ਜਾਏਗਾ। ਅਤੇ ਨਾਲ ਹੀ ਆਪਣਾ ਲੋਬੀ ਦੇ ਨਾਲ ਇੱਕ ਬਾਥਰੂਮ ਹੋ ਗਿਆ, ਆਹ ਬਾਥਰੂਮ। ਅਤੇ ਇਹ ਨਾਲ ਹੀ ਇੱਕ ਬੈੱਡ ਰੂਮ ਦੇ ਵਿੱਚੋਂ ਵੀ ਦਰਵਾਜ਼ਾ ਦਿੱਤਾ ਗਿਆ, ਬੈੱਡਰੂਮ ਦੇ ਵਿੱਚ ਆਉਂਦਾ ਇਸ ਟਾਈਮ। ਇਹ ਬੈੱਡਰੂਮ ਹੋ ਗਿਆ। ਸੋ ਇਹ ਸਾਰਾ ਜੋ ਕੰਧਾਂ ਦਾ ਕੰਮ, ਇਹ ਤਾਂ ਕੰਪਲੀਟ ਹੋ ਚੁੱਕਾ, ਅਤੇ ਆਹ ਤੁਹਾਨੂੰ ਦਿਖਾ ਰਿਹਾ ਮੈਂ ਬੈੱਡਰੂਮ, ਤੁਸੀਂ ਦੇਖ ਸਕਦੇ। ਸੋ ਆਪਣੇ ਵੀਰਾਂ ਨੂੰ ਇੰਨੀ ਕੁ ਮੈਂ ਰਿਕੁਐਸਟ ਜ਼ਰੂਰ ਕਰਦਾ ਕਿ ਜਿਹੜਾ ਆਪਣਾ ਚੈਨਲ ਆ ਉਹਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਅਤੇ ਉਹ ਨੋਟੀਫਿਕੇਸ਼ਨ ਵਾਲਾ ਜਿਹੜਾ ਬਟਨ ਆ ਉਹ ਵੀ ਦੱਬ ਦਿਓ। ਸੋ ਇੰਨੀ ਕੋਠੀ ਦਿਖਾਉਂਦਾ ਹੋਇਆ ਮੈਂ, ਥੈਂਕ ਯੂ ਵੀਰਾਂ ਦਾ ਜਿਹੜੇ ਆਪਣਾ ਚੈਨਲ ਦੇਖਦੇ ਨੇ। ਅਤੇ ਜਿੱਦਾਂ ਹੁਣ ਲੈਂਟਰ ਪਾਏਗਾ, ਲੈਂਟਰ 'ਤੇ ਤੁਹਾਨੂੰ ਦਿਖਾਇਆ ਜਾਊਗਾ ਉਸ ਦਿਨ ਕੋਠੀ ਦਾ। ਸੋ ਥੈਂਕ ਯੂ ਸਾਰੇ ਵੀਰਾਂ ਨੂੰ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ।